ਗੁੱਡ ਮਾਰਨਿੰਗ ਸਟੂਡੈਂਟ ਅੱਜ ਅਸੀਂ ਕੰਨ ਜਾ ਰਹੇ ਹਾਂ ਬਿਜ਼ਨਸ ਸਟੱਡੀ ਦਾ ਜਿਹੜਾ ਸਿਲੇਬਸ ਬੋਰਡ ਵੱਲੋਂ ਤੈਅ ਹੋ ਗਿਆ ਹੈ ਬੇਟਾ 50% ਪਹਿਲਾਂ ਆਹੀ 50% ਹੋਣਾ ਹੈ ਪਰ ਫਿਰ ਵੀ ਇਹਦੇ ਵਿੱਚ ਇਹ ਹੈਗਾ ਕਿ ਇਹ ਪਿਛਲੇ ਸਿਲੇਬਸ ਦਾ ਵੀ ਕੁਝ ਆਣਾ ਹੈ ਸੋ ਧਿਆਨ ਨਾਲ ਇਹਦੀ ਇਨਸਟਰਕਸ਼ਨ ਪੜ੍ਹ ਲੈਣਾ ਤੇ ਮੈਂ ਪੀਡੀਐਫ ਭੇਜਾਂਗੀ ਟੈਲੀਗ੍ਰਾਮ 'ਤੇ ਆਪਣੇ ਚੈਨਲ 'ਤੇ ਤੇ ਪਹਿਲਾਂ ਗੱਲ ਕਰ ਲੈਣੀ ਹੈ ਸਿਰਫ ਇਹਦੇ ਸਿਲੇਬਸ ਦੀ ਬੜੇ ਧਿਆਨ ਨਾਲ ਪੜ੍ਹਨਾ ਬੇਟਾ ਸਾਰੀ ਇਨਸਟਰਕਸ਼ਨ ਆਪਣੇ ਤੇ ਬੇਟਾ ਜੀ ਤੁਹਾਡਾ ਜਿਹੜਾ ਸਿਲੇਬਸ ਹੈ ਹਾਂਜੀ ਸੈਕੰਡ ਯੂਨਿਟ ਹੈ ਯੂਨਿਟ ਵਾਈਜ਼ ਡਿਵੀਜ਼ਨ ਆਫ ਮਾਰਕਸ ਬੇ ਨੰਬਰਾਂ ਦਾ ਵੀ ਦਿੱਤਾ ਹੋਇਆ ਹੈ ਸਭ ਤੋਂ ਪਹਿਲਾਂ ਪ੍ਰਿੰਸੀਪਲ ਐਂਡ ਫੰਕਸ਼ਨ ਆਫ ਮੈਨੇਜਮੈਂਟ ਦੇ ਵਿੱਚ ਆਏਗਾ 6 7 8 9 ਸਟਫਿੰਗ ਡਾਇਰੈਕਟਿੰਗ ਕੰਟਰੋਲਿੰਗ ਔਰ ਕੋਆਰਡੀਨੇਸ਼ਨ ਤੇ ਇਹ ਆਏਗਾ ਉਸ ਤੋਂ ਬਾਅਦ ਬਿਜ਼ਨਸ ਫਾਈਨੈਂਸ ਔਰ ਮਾਰਕੀਟਿੰਗ ਆਏਗਾ ਬਿਜ਼ਨਸ ਫਾਈਨੈਂਸ ਫਾਈਨੈਂਸ਼ੀਅਲ ਮਾਰਕੀਟਿੰਗ ਤੇ ਕੰਜ਼ਿਊਮਰ ਪ੍ਰੋਟੈਕਟ ਪ੍ਰੋਡਕਸ਼ਨ ਠੀਕ ਹੈ ਜਿਸ ਤਰ੍ਹਾਂ ਕਿ ਇਹਦੇ ਵਿੱਚ ਆਣਗੇ ਸੇਮ ਆ 7ਵਾਂ 8ਵਾਂ 9ਵਾਂ 10ਵਾਂ 11ਵਾਂ ਤੇ 13ਵਾਂ ਆਣਾ ਠੀਕ ਹੈ ਇਹ ਜੁਣਟ ਤੁਹਾਡੇ ਲੈਸਨ ਜਿਹੜੇ ਆਣੇ ਆ ਤੇ ਬੇਟਾ ਇਹਦਾ ਜਿੰਨਾ ਵੀ ਤੁਹਾਡਾ ਸਿਲੇਬਸ ਹੈ ਇਹ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਵਾ ਤੇ ਆਹ ਜਿਹੜੀਆਂ ਇਨਸਟਰਕਸ਼ਨ ਜ਼ਰੂਰ ਪੜ੍ਹਨੀਆਂ ਕਿਉਂਕਿ ਮੈਂ ਜਿਸ ਤਰ੍ਹਾਂ ਪੜਿਆ ਹੈਗਾ ਤੇ ਉਹਦੇ ਵਿੱਚ ਜਿਹੜੇ ਪਿਛਲੀ ਟਰਮ ਦਾ ਵੀ ਜਿਹੜਾ ਹੈ ਨਾ ਜ਼ਿਕਰ ਹੋਇਆ ਚਲੋ ਮੈਂ ਤੁਹਾਨੂੰ ਥੋੜਾ ਜਿਹਾ ਜਿਹੜਾ ਹੈਗਾ ਸਟਰਕਚਰ ਆਫ ਕੁਐਸਚਨ ਪੇਪਰ ਦਾ ਬਤਾ ਹੀ ਦਿੰਨੀ ਆ ਦਾ ਕੁਐਸਚਨ ਪੇਪਰ ਵਿਲ ਬੀ ਕਵਰ ਦਾ ਸਿਲੇਬਸ ਆਫ ਸੈਕੰਡ ਟਰਮ ਠੀਕ ਹੈ ਤਾਂ 13 ਕੁਐਸਚਨ ਵਿਲ ਬੀ ਸੈਟ ਇਨ ਦਾ ਕੁਐਸਚਨ ਪੇਪਰ 13 ਪੇਪਰ ਜਿਸ ਸਾਡੇ 40 ਕੁਐਸਚਨ ਹੈਗੇ ਹੀ ਨਾ ਕੁਐਸਚਨ ਨੰਬਰ 40 ਹੀ ਆਬਜੈਕਟਿਵ ਟਾਈਪ ਜਿਹੜਾ ਐਮਸੀਕਿਊ ਹੀ ਹੁਣ ਆ ਗਏ 13 ਆਲ ਯੂਨਿਟ ਆਫ ਸਿਲੇਬਸ ਸ਼ੁੱਡ ਬੀ ਗਿਵਨ ਦਾ ਹੈਗਾ ਐਡਿਕਿਊਟ representation on the question paper theek hai idhar huga there will be two section ede vich do honge accounts de vich teen hai na ede vich do section honge ede vich section a vich hoega the question number 1 consist of the four sub part the mark one the objective type of question may include question with one word to the second one sentence answer fill in the blanks true false mcq theek hai ਇਸ ਤੋਂ ਬਾਅਦ ਕੁਐਸ਼ਨ ਨੰਬਰ 2 ਤੇ 5 will be 2 marks answer of each question should be given 5 or 10 lines ਤੇ ਜਿਹੜਾ ਹੈਗਾ 5 10 ਲਾਈਨਾਂ ਵਿੱਚ ਇਹਦਾ ਅਨਸਰ ਦੇਣਾ do any two question of a three question out of three question 2 question ਨੇ ਕਰਨੇ ਨੇ ਤਿੰਨਾਂ ਵਿੱਚੋਂ ਦੋ ਕਰਨੇ ਨੇ question on number 6 consists of the three sub part will be carry 4 marks each the answer of the question should be given in 15 or 20 lines is to baad haga da b section ch aayega tadda question 7 consists of two sub part te mark one carry ana hai ek number da the objective type question will you include with one word or two one sentence answer fill in the blanks 2 and 4 or mcq ਔਰ ਹੈਗਾ ਕੁਐਸ਼ਨ ਨੰਬਰ 8 ਟੂ 12 ਵਿਲ ਕੈਰੀ ਟੂ ਮਾਰਕਸ ਆਂਸਰ ਆਫ ਈਚ ਕੁਐਸ਼ਨ ਸ਼ੁੱਡ ਬੀ 기ਵਨ 5 ਫੋਰ 10 ਲਾਈਨਸ ਠੀਕ ਹੈ ਅੱਗੇ ਹੈ ਡੂ ਐਨੀ ਟੂ ਕੁਐਸ਼ਨ ਆਊਟ ਆਫ 3 ਕੁਐਸ਼ਨ ਨੰਬਰ 13 ਕੰਸਿਸਟ ਆਫ 3 ਸਬ ਪਾਰਟ ਇਹਦੇ ਵੀ ਤਿੰਨ ਪਾਰਟ ਹੋਣਗੇ ਤੇ ਹੈਗਾ ਵਿਲ ਬੀ ਵਿਲ ਕੈਰੀ 4 ਮਾਰਕਸ ਫੋਰ ਈਚ ਮਤਲਬ ਸਾਰਿਆਂ ਦੇ ਜਿਹੜੇ ਹੈਗੇ ਨਾ ਉਹਨਾਂ ਜਿਹੜੇ ਤੁਸੀਂ ਦੋ ਕੁਐਸਚਨ ਕਰਨੇ ਆ ਨਾ ਉਹਨਾਂ ਦੇ ਚਾਰ ਚਾਰ ਨੰਬਰਾਂ ਦੇ ਹੋਣਗੇ ਆਨਸਰ ਆਫ ਦਾ ਕੁਐਸਚਨ ਸ਼ੁੱਡ ਬੀ ਕਿ ਮਨਿੰਦ ਕਿਤਨੀ 15 ਜਾਂ 20 ਲਾਈਨਾਂ ਵਿੱਚ ਦੇਣਾ 15 ਤੇ 20 ਇਹਦਾ ਮਤਲਬ ਲੈਂਥੀ ਕੁਐਸਚਨ ਹੈ ਠੀਕ ਹੈ ਤੇ ਜਿਹੜਾ ਕੌਂਟਸ ਦਾ ਹੀ ਉਹਦੇ ਵਿੱਚ ਫਰਸਟ ਟਰਮ ਦਾ ਵੀ ਕਿ ਜ਼ਿਕਰ ਕੀਤਾ ਹੈ ਪਰ ਇਹਦੇ ਵਿੱਚ ਫਰਸਟ ਟਰਮ ਦਾ ਮੇਰੇ ਖਿਆਲ ਨਹੀਂ ਜ਼ਿਕਰ ਕੀਤਾ ਉਹ ਤੁਸੀਂ ਧਿਆਨ ਨਾਲ ਪੜ ਲੈਣਾ ਤੇ ਸਿਲੇਬਸ ਸਾਡਾ ਇਹੀ ਆਣਾ ਲੈਸਨ ਨੰਬਰ 6 7 8 9 ਤੇ 10 11 13 ਤੇ ਬੇਟਾ ਹੁਣ ਤੋਂ ਹੀ ਸਟਡੀ ਸ਼ੁਰੂ ਕਰ ਦਿੰਨੇ ਆ ਨੈਕਸਟ ਵੀਡੀਓ ਵਿੱਚ ਅਸੀਂ ਕਰਾਂਗੇ ਆਪਣੇ ਏਸੀ ਅਕੋਰਡਿੰਗਲੀ ਸਿਲੇਬਸ ਸ਼ੁਰੂ ਟੇਕ ਕੇ